ਸਤਿ ਸ਼੍ਰੀ ਅਕਾਲ ਜੀ। ਅੱਜ ਇੱਕ ਖਾਸ ਮੁਲਾਕਾਤ ਨਾਲ ਇੱਕ ਵਾਰ ਫਿਰ ਤੁਹਾਡੇ ਰੂਬਰੂ ਹਾਂ ਜੀ। ਅਤੇ ਖਾਸ ਮੁਲਾਕਾਤ ਹੈ ਇੱਕ ਇਹੋ ਜਿਹੇ ਇਨਸਾਨ ਨਾਲ ਜਿਹੜਾ ਟੈਕਨੀਕਲੀ ਦੀ ਦੁਨੀਆ ਦੇ ਵਿੱਚ ਬਹੁਤ ਕੁਛ ਕਰ ਰਹੇ ਆ ਆਪਦੇ ਪੱਧਰ ਦੇ ਉੱਤੇ, ਅਤੇ ਬਹੁਤ ਸਾਰੀਆਂ ਨਵੀਆਂ ਨਵੀਆਂ ਚੀਜ਼ਾਂ ਦੇ ਉੱਤੇ ਉਹ ਆਪਣਾ ਹੱਥ ਅਜਮਾਈ ਕਰ ਰਹੇ ਆ। ਇਸ ਦੌਰਾਨ ਉਹਨਾਂ ਨੇ ਇੱਕ ਬੜੀ ਅਜੀਬ ਅਤੇ ਵੱਖਰੀ ਕਿਸਮ ਦੀ ਖੋਜ ਕੀਤੀ ਆ, ਅਤੇ ਖੋਜ ਵੀ ਕੀ ਕਹਿੰਦੇ ਹੁੰਦੇ ਆ ਵੀ ਲੋੜ ਕਾਰਡ ਦੀ ਮਾਂ। ਇੱਕ ਬਹੁਤ ਵੱਡੀ ਲੋੜ ਸੀ ਖਾਸ ਕਰਕੇ ਸਪੋਰਟਸ ਦੇ ਵਿੱਚ। ਸਪੋਰਟਸ ਦੇ ਵਿੱਚ ਜੇ ਅਸੀਂ ਗੱਲ ਕਰਦੇ ਹਾਂ ਤਾਂ ਮਾਂ ਖੇਡ ਕਬੱਡੀ ਦੀ ਗੱਲ ਆਉਂਦੀ ਹੈ, ਅਤੇ ਕਬੱਡੀ ਦੇ ਵਿੱਚ ਨਾਲ ਦੀ ਨਾਲ ਸਾਨੂੰ ਨਾ ਇੱਕ ਗੱਲ ਹੋਰ ਜ਼ਹਿਨ ਦੇ ਵਿੱਚ ਆ ਜਾਂਦੀ ਆ, ਉਹ ਆ ਜਾਂਦੀ ਹੈ ਰੌਲੇ ਦੀ, ਵੀ ਰੌਲਾ ਬਹੁਤ ਪੈਂਦਾ ਕਬੱਡੀ ਦੇ ਵਿੱਚ ਅਤੇ ਉਹਦੇ ਕੀ ਕਾਰਨ ਆ। ਜਦੋਂ ਉਹਨਾਂ ਕਾਰਨਾਂ ਨੂੰ ਘੋਖਦੇ ਹਾਂ ਤਾਂ ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਜਿਹੜਾ ਸੀ ਉਹਦੇ 'ਚ ਟਰਾਂਸਪੈਰੈਂਸੀ ਦਾ ਸੀ। ਟਰਾਂਸਪੈਰੈਂਸੀ ਦੀ ਵੀ ਜੇ ਗੱਲ ਕਰਦੇ ਹਾਂ ਤਾਂ ਉਹਦੇ 'ਚ ਆਉਂਦੀ ਸੀਗੀ ਨੰਬਰਾਂ ਦੀ ਗੱਲ, ਅਤੇ ਨੰਬਰਾਂ ਦੇ ਮਾਮਲੇ ਦੇ ਵਿੱਚ ਅਸੀਂ ਅਕਸਰ ਸਾਰੀਆਂ ਦੇਖਦੇ ਹਾਂ ਗੇਮਾਂ ਦੇ ਵਿੱਚ ਲਾਈਵ ਸਕਰੀਨ ਦੇ ਉੱਤੇ ਜਿਹੜੇ ਸਕੋਰ ਚੱਲਦੇ ਆ, ਪਰ ਕਬੱਡੀ ਦੇ ਵਿੱਚ ਕੋਈ ਇਹੋ ਜਿਹਾ ਕੁਛ ਸਿਸਟਮ ਨਹੀਂ ਸੀ, ਅਤੇ ਅਸੀਂ ਕਬੱਡੀ ਦੇ ਵਿੱਚ ਡਿਪੈਂਡੈਂਟ ਹੁੰਦੇ ਸਨ ਕੁਝ ਕੁ ਜਿਹੜੇ ਸਕੋਰ ਲਿਖ ਰਹੇ ਲੋਕਾਂ ਦੇ ਉੱਤੇ, ਅਤੇ ਇੰਨੀ ਭੀੜ ਦੇ ਵਿੱਚ ਮੇਲੇ ਦੇ ਵਿੱਚ ਉਹਨਾਂ ਲੋਕਾਂ ਤੱਕ ਹਰ ਇੱਕ ਦੀ ਅਪਰੋਚ ਨਹੀਂ ਹੁੰਦੀ ਸੀ। ਸੋ ਇਹ ਬਹੁਤ ਸਾਰੀਆਂ ਲੋੜਾਂ ਸਨ। ਇਹਨਾਂ ਲੋੜਾਂ ਦੇ ਮੱਦੇਨਜ਼ਰ ਪਿਛਲੇ 2 ਸਾਲਾਂ ਤੋਂ ਇਸ ਪ੍ਰੋਜੈਕਟ ਦੇ ਉੱਤੇ ਕੰਮ ਕਰ ਰਹੇ ਆ ਸਾਡੇ ਮਹਿਮਾਨ ਅੱਜ ਦੇ, ਅਤੇ ਉਹ 2 ਸਾਲਾਂ ਦੇ ਵਿੱਚ ਉਹਨਾਂ ਨੇ ਕਾਮਯਾਬੀ ਵੀ ਹਾਸਲ ਕੀਤੀ ਆ। ਸੋ ਮੈਂ ਜ਼ਿਆਦਾ ਗੱਲਾਂ ਉਹਨਾਂ ਤੋਂ ਪੁੱਛੂੰਗਾ। ਮੇਰੀ ਮੁਰਾਦ ਆ ਜੀ ਗੁਰਨਾਮ ਸਿੰਘ ਸੈਂਬੀ, ਜਿਹਨਾਂ ਨੂੰ ਅਸੀਂ ਬੜੇ ਪਿਆਰ ਨਾਲ ਬੌਬੀ ਸੈਂਬੀ ਕਹਿੰਦੇ ਹਾਂ ਜੀ, ਅਤੇ ਉਹ ਐਡਲੇਡ ਦੇ ਵਿੱਚ ਸਾਡੇ ਕੋਲ ਰਹਿੰਦੇ ਆ, ਅਤੇ ਇਸ ਜਿਹੜੇ ਟੈਕਨੀਕਲ ਮੁਹਾਰਤ ਉਹ ਆਪਣੇ ਪਿਛੋਕੜ ਤੋਂ ਰੱਖਦੇ ਆ। ਸਾਰੀਆਂ ਗੱਲਾਂ ਆਪਾਂ ਉਹਨਾਂ ਤੋਂ ਜਾਣਾਂਗੇ। ਸੋ ਸਵਾਗਤ ਆ ਜੀ ਗੁਰਨਾਮ ਬਾਈ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ ਮਿੱਠੂ ਬਰਾੜ ਸਾਹਿਬ, ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਬੋਬੀ ਬਾਈ, ਗੱਲ ਇਹ ਆ ਵੀ ਜੇ ਆਪਾਂ ਹੁਣ ਬੜੀ ਇੱਕ ਫਾਰਮਲ ਜੀ ਗੱਲ ਕਰਨੀ ਆ ਤਾਂ ਉਹਦੇ ਵਿੱਚ ਜੇ ਸਭ ਤੋਂ ਪਹਿਲਾਂ ਆਈਏ ਵੀ ਟੈਕਨੀਕਲ ਤੁਸੀਂ ਇਸ ਟਾਈਮ ਸਾਊਥ ਆਸਟ੍ਰੇਲੀਆ 'ਚ ਐਡਲੇਡ 'ਚ ਰਹਿ ਰਹੇ ਹੋ, ਅਤੇ ਇੱਕ ਕੰਪਨੀ ਦੇ ਵਿੱਚ ਜੋਬ ਕਰ ਰਹੇ ਹੋ, ਪਰ ਇਹ ਟੈਕਨੀਕਲ ਦਾ ਸ਼ੌਂਕ ਜਾਂ ਕੀ ਪ੍ਰੋਫੈਸ਼ਨ, ਇਹਦੀ ਥੋੜ੍ਹੀ ਜਿਹੀ ਬੈਕਗਰਾਊਂਡ ਦਿਓ। ਮੈਂ ਜੀ ਆਪ ਇਲੈਕਟ੍ਰੋਨਿਕਸ ਇੰਜੀਨੀਅਰ ਹਾਂ ਜੀ, ਅਤੇ ਸਾਰੀ ਇਲੈਕਟ੍ਰੋਨਿਕਸ ਆਪਣੀ ਸਾਰੀ ਲਾਈਫ ਪਿਛਲੀ ਇਲੈਕਟ੍ਰੋਨਿਕਸ ਵਿੱਚ ਹੀ ਕੱਟੀ ਹੈ ਜੀ। ਬਲਕਿ ਮੈਂ ਪਹਿਲਾਂ ਡਿਪਲੋਮਾ 11ਵੀਂ ਸੀ, 17 ਸਾਲ ਦਾ ਕਹਿ ਲਓ ਤਾਂ ਕਰ ਲਿਆ ਸੀ ਆਪਣਾ ਇਲੈਕਟ੍ਰੋਨਿਕਸ ਦੇ ਵਿੱਚ ਜੀ ਜੀ। ਬਸ ਸ਼ੌਂਕ ਮੈਨੂੰ ਪਹਿਲੇ ਕੈਮਰਾ ਬਿਜ਼ਨਸ ਸੀਗਾ, ਕੈਮਰਾ ਮਾਰਕੀਟ ਨੂੰ ਮੈਂ ਪ੍ਰੋਡਕਟ ਬਣਾ ਕੇ ਸਪਲਾਈ ਕਰਦਾ ਹੁੰਦਾ ਸੀ, ਮੈਨੂਫੈਕਚਰਿੰਗ ਨਾਲ ਕਰ ਰਿਹਾ ਵਾ ਜੀ। ਉਸ ਤੋਂ ਬਾਅਦ ਅਸੀਂ ਇਨਵਰਟਰ ਵੀ ਬਣਾਏ ਹੈਗੇ, ਇਨਵਰਟਰ ਐਕਸਪੋਰਟ ਵੀ ਕੀਤੇ ਜੀ, ਵਰਲਡ ਐਕਸਪੋਰਟ ਕਰਦਾ ਰਿਹਾ ਜੀ। ਅਤੇ ਮੈਨੂਫੈਕਚਰਿੰਗ ਨਾਲ ਬਹੁਤ ਪਿਆਰ ਰਿਹਾ ਕਿਉਂਕਿ ਮੈਨੂਫੈਕਚਰਿੰਗ 'ਚ ਤੁਸੀਂ ਕੁਛ ਨਵਾਂ ਕਰਦੇ ਹੋ, ਕਿਉਂਕਿ ਤੁਸੀਂ ਲੀਕ ਤੋਂ ਹੱਟ ਕੇ ਜੋ ਕੋਈ ਹੋਰ ਬਣਾ ਰਹੇ ਆ ਉਹਦੀ ਕਮੀਆਂ ਦੇਖ ਕੇ ਉਸ ਤੋਂ ਬਾਅਦ ਫਿਰ ਉਹਦੇ 'ਚ ਉਹ ਸੁਧਾਰ ਕਰਨ ਲਈ ਜੋ ਕਰਦੇ ਉਹ ਥੋੜ੍ਹਾ ਮੈਨੂੰ ਥੋੜ੍ਹਾ ਅਟਰੈਕਟ ਕਰਦੀ ਰਹੀ ਹੈ ਜੀ ਜੀ। ਸੋ ਹੁਣ ਤੁਸੀਂ ਜਿਹੜਾ ਇੱਕ ਕਬੱਡੀ ਲਈ ਇੱਕ ਬਹੁਤ ਵਧੀਆ ਇੱਕ ਛੋਟਾ ਜਿਹਾ ਇੱਕ ਯੰਤਰ ਲੈ ਕੇ ਆਏ ਹੋ ਜੀ, ਇਹ ਯੰਤਰ ਦੀ ਸ਼ੁਰੂਆਤ ਕਦੋਂ ਅਤੇ ਕਿੱਥੋਂ ਹੋਈ? ਇਹ ਸ਼ੁਰੂਆਤ ਹੋਈ ਹੈ ਜੀ ਪਿਛਲੇ ਸਾਲ ਆਪਾਂ ਕਹਿ ਲਈਏ 2017 ਦੀ ਸਿੱਖ ਖੇਡਾਂ ਤੋਂ। ਆਸਟ੍ਰੇਲੀਆ ਦੀ ਸਿੱਖ ਖੇਡਾਂ ਜਿਹੜੀਆਂ ਹੁੰਦੀਆਂ ਜੀ, ਸਭ ਨੂੰ ਵੱਡੀ ਖੇਡ ਆਪਣੀ ਮੇਲਾ ਲੱਗਦਾ ਹੈਗਾ ਸਿੱਖਾਂ ਦਾ ਜਿਹੜੇ ਹਰ ਸ਼ਹਿਰ 'ਚ ਚੱਲਦਾ ਹੈ। ਆਪਣੇ ਐਡਲੈਂਡ 'ਚ ਆਇਆ ਸੀ ਜੀ, ਉੱਥੇ ਫਿਰ ਕਬੱਡੀ ਦੇ ਕੋਆਰਡੀਨੇਟਰਸ ਨੇ ਕਮੀ ਮਹਿਸੂਸ ਕੀਤੀ ਕਿ ਇੱਕ ਕਲੱਬ ਕੋਲ ਸਿਰਫ ਮਸ਼ੀਨ ਹੈਗੀ ਹੈ ਜਿਹੜੀ ਕਈ ਖਰਾਬ ਵੀ ਹੋ ਸਕਦੀ ਹੈ ਜਾਂ ਹੋਰ ਦੂਸਰੇ ਇਤਰਾਜ਼ ਵੀ ਕਰ ਸਕਦੇ, ਕੁਛ ਨਿਊਟਰਲ ਚੀਜ਼ ਦਿੱਤੀ ਜਾਵੇ ਜਿਹਦੇ ਨਾਲ ਅਸੀਂ ਸੀਟੀਆਂ ਮਾਰਨ ਦੀ ਬਜਾਏ ਕਈ ਵਾਰ ਨਹੀਂ, ਭੀੜ 'ਚ ਸੀਟੀ ਵੀ ਸੁਣਦੀ ਨਹੀਂ ਹੈਗੀ, ਰੇਟਰ ਨੂੰ ਪਤਾ ਨਹੀਂ ਲੱਗਦਾ ਕਿ ਟਾਈਮ ਪੂਰਾ ਹੋ ਗਿਆ ਜਾਂ ਕਾਫੀ ਚੀਜ਼ਾਂ ਦੀ ਪ੍ਰੋਬਲਮ ਆ ਗਈ ਸੀਗੀ, ਅਤੇ ਹੂਟਰ ਹੋਵੇ ਜਿਹੜਾ
ਸਪੀਕਰਾਂ ਦੇ ਉੱਤੇ ਚੱਲੇ ਔਰ ਸਾਰੇ ਦਰਸ਼ਕਾਂ ਨੂੰ ਪਤਾ ਲੱਗੇ ਕਿ ਟਾਈਮ ਓਵਰ ਹੋ ਗਿਆ ਤਾਂ ਕਿ ਚੀਟਿੰਗ ਘੱਟ ਸਕੇ ਜੀ ਜੀ ਤੇ ਉਹਦੇ ਲਈ ਫਿਰ ਸਾਨੂੰ ਕਿਉਂਕਿ ਟਾਈਮ ਬਹੁਤ ਥੋੜਾ ਸੀਗਾ ਤੇ ਥੋੜੇ ਟਾਈਮ ਦੇ ਵਿੱਚ ਜਿੱਦਾਂ ਬਣਾ ਪਾਏ ਇੱਕ LCD ਡਿਸਪਲੇ ਸਕੂਟਰ ਬਣਾਇਆ ਉੱਥੇ ਟਾਈਮਰ ਲਗਾਇਆ ਸੀ ਲੇਕਿਨ ਉਹ ਬੜਾ ਬੇਸਿਕ ਡਿਵਾਈਸ ਮੈਂ ਤੁਹਾਨੂੰ ਦਿਖਾਉਂਦਾ ਜੀ ਮੈਂ ਆਪਣੇ ਕੋਲ ਰੱਖੇ ਹੋਏ ਆ ਜੀ ਜੀ ਤਾਂ ਕਿ ਪਤਾ ਲੱਗ ਸਕੇ ਦਰਸ਼ਕਾਂ ਨੂੰ ਜੀ ਜੀ ਕਿੱਥੋਂ ਸ਼ੁਰੂ ਹੋਏ ਐ ਸਪੀਕਰ ਦੇ ਬਾਕਸ ਦੇ ਵਿੱਚ ਜੀ ਜੀ ਮੈਂ ਇੱਥੇ ਨਾ ਥੋੜ੍ਹੀ ਜਿਹੀ ਗੱਲ ਹੋਰ ਐਕਸਪਲੇਨ ਕਰਦਿਆਂ ਕਬੱਡੀ ਜਦੋਂ ਵੀ ਆਉਂਦੀ ਆ ਕਬੱਡੀ ਦਾ ਨਾਂ ਆਉਂਦਾ ਤਾਂ ਸਾਡੇ ਜਹਿਨ 'ਚ ਆਉਂਦੀ ਆ ਵੀ ਪਲੇਅਰ ਆ ਜਿਹੜੇ ਕਬੱਡੀ ਕਬੱਡੀ ਕਰਕੇ ਕਬੱਡੀ ਪਾਉਂਦੇ ਹੁੰਦੇ ਸਨ ਅਤੇ ਇੱਕ ਸਾਹ ਦੀ ਉਹ ਜਿਹੜੀ ਕਰੇਡ ਹੁੰਦੀ ਸੀ ਪਰ ਜਿਵੇਂ ਜਿਵੇਂ ਜ਼ਮਾਨਾ ਬਦਲਦਾ ਗਿਆ ਅਤੇ ਉਹ ਕਬੱਡੀ ਨੂੰ ਜਿਹੜਾ ਉਹ ਸੁਣਨੀ ਬੜੀ ਮੁਸ਼ਕਲ ਹੁੰਦੀ ਸੀ ਕਈ ਵਾਰੀ ਉਹਦੇ 'ਤੇ ਵੀ ਰੌਲੇ ਪੈਂਦੇ ਸੀ ਵੀ ਮੈਂ ਮੇਰਾ ਸਾਹ ਟੁੱਟਿਆ ਜਾਂ ਨਹੀਂ ਟੁੱਟਿਆ ਪਲੇਅਰ ਮੰਨਦੇ ਨਹੀਂ ਸੀ ਰੈਫਰੀਆਂ ਦੀ ਗੱਲ ਨਹੀਂ ਮੰਨਦੇ ਸੀ ਤਾਂ ਉਹਦਾ ਇਹ ਹੱਲ ਕੱਢਿਆ ਸੀ ਵੀ 30 ਸੈਕਿੰਡ ਦੀ ਰੇਡ ਫਿਕਸ ਕਰ ਦਿੱਤੀ ਸੀ ਵੀ ਜਦੋਂ ਪਲੇਅਰ ਸੈਂਟਰ ਲਾਈਨ ਟੱਪੂ ਆ ਉਦੋਂ ਵਾਪਸ ਆਉਣ ਤੱਕ ਉਹ 30 ਸੈਕਿੰਡ ਦੇ ਵਿੱਚ ਵਿੱਚ ਜਿਹੜਾ ਉਹ 30 ਸੈਕਿੰਡ ਦਾ ਉਹਨੂੰ ਟਾਈਮ ਦਿੱਤਾ ਸੀ ਤੇ ਉਹ ਟਾਈਮ ਨੂੰ ਕਾਊਂਟ ਕਰਨ ਲਈ ਇਹ ਮੇਨ ਬਣਾਇਆ ਗਿਆ ਸੀ ਜਿਹੜਾ ਇਹ ਟਾਈਮਰ ਸੀ ਉੱਤੇ ਛੋਟਾ ਜਿਹਾ ਡਿਸਪਲੇ ਲੱਗਿਆ ਸੀ ਜੀ ਤੇ 30 ਸੈਕਿੰਡ ਦਾ ਚੁੱਕਿਆ ਜਿੱਦਾਂ ਮਿੰਟੂ ਜੀ ਦੱਸ ਕੇ ਹਟੇ ਆ 30 ਸੈਕਿੰਡ ਦਾ ਹੁਣ ਇੰਟਰਨੈਸ਼ਨਲ ਰੂਲ ਬਣਿਆ ਹੋਇਆ ਕਿਉਂਕਿ ਸਾਡੀ ਕਬੱਡੀ ਹੁਣ ਸਾਡੀ ਮਾਂ ਖੇਡ ਇੰਟਰਨੈਸ਼ਨਲ ਬੜਾ ਮਾਨ ਹੈਗਾ ਇੰਟਰਨੈਸ਼ਨਲ ਗੇਮ ਬਣ ਗਈ ਹੈ ਤੇ ਆਹ ਬੇਸਿਕ ਡਿਜ਼ਾਈਨ ਉਦੋਂ ਤਿਆਰ ਕੀਤਾ ਲਾਸਟ ਈਅਰ ਤਾਂ ਜੋ ਖੜੇ ਪੈਰ ਸਾਡਾ ਕੰਮ ਚੱਲ ਸਕੇ ਲੇਕਿਨ ਮੇਰੇ ਦਿਮਾਗ ਸਦਾ ਰਿਹਾ ਪਿੱਛੇ ਕਿ ਇਹਨੂੰ ਅਸੀਂ ਹੁਣ ਅੱਗੇ ਫਰਦਰ ਡਿਵੈਲਪ ਕਰਨਾ ਤਾਂ ਕਿ ਇਹ ਇੰਟਰਨੈਸ਼ਨਲ ਪੱਧਰ ਤੇ ਪਹੁੰਚ ਸਕੇ ਚੀਜ਼ ਨੈਕਸਟ ਜਨਰੇਸ਼ਨ ਯਾਨੀ ਕਹਿ ਸਕਦੇ ਜੀ ਤੋਂ ਅੱਗੇ ਜਨਰੇਸ਼ਨ ਤੋਂ ਆਉਂਦੇ ਆ ਫਿਰ ਆਈਆਂ ਜੀ ਇਸ ਵਾਰ ਦੀ ਸਿੱਖ ਖੇਡਾਂ 2018 ਦੀਆਂ ਜਿਹੜੀਆਂ ਸਿਡਨੀ 'ਚ ਹੋਈਆਂ ਸੀ ਤੇ ਸਿਡਨੀ ਦੀ ਖੇਡਾਂ ਦੇ ਵਿੱਚ ਫਿਰ ਅਸੀਂ ਕੁਛ ਨਵਾਂ ਕਰਨਾ ਚਾਹੁੰਦੇ ਸੀ ਤੇ ਸਾਨੂੰ ਜਿਹੜੇ ਆਰਗਨਾਈਜ਼ਰ ਆ ਉਹਨਾਂ ਦੀ ਵੀ ਰਿਕੁਐਸਟ ਸੀਗੀ ਕਿ ਕੁਛ ਦਰਸ਼ਕਾਂ ਲਈ ਵੀ ਨਾਲ ਪੇਸ਼ ਕਰੋ ਕਿਉਂਕਿ ਇਹ ਤੇ ਹੂਟਰ ਸਿਰਫ ਪਲੇਅਰਾਂ ਲਈ ਹੈਗਾ ਜਾਂ ਜਿਹੜੇ ਸਕੋਰ ਗਿਣਦੇ ਹੋਏ ਆ ਓਫੀਸ਼ੀਅਲਸ ਜਿਹਨਾਂ ਨੂੰ ਕਹਿੰਦੇ ਅਸੀਂ ਓਫੀਸ਼ੀਅਲਸ ਲਈ ਹੈਗਾ ਲੇਕਿਨ ਦਰਸ਼ਕਾਂ ਨੂੰ ਇਹ ਹੁੰਦਾ ਸੀ ਜੀ ਹੁਣ 10 ਸੈਕਿੰਡ ਦੀ ਰੇਡ ਬਚੀ ਹੈ ਉਹ ਜਿਹੜਾ ਉਤਸ਼ਾਹ ਬਣਦਾ ਦਰਸ਼ਕਾਂ ਦੇ ਵਿੱਚ 10 ਸੈਕਿੰਡ ਰਹਿ ਗਏ ਆ ਹੁਣ ਰੇਡਰ ਵਾਪਸ ਆ ਪਾਏਗਾ ਨਹੀਂ ਆ ਪਾਏਗਾ ਜਾਂ ਖਰੇ ਕਿਹੜੇ ਬੰਦੇ ਗੇਮ ਲੱਗੂਗੀ ਉਹ ਐਕਸਾਈਟਮੈਂਟ ਵੀ ਗੇਮਾਂ 'ਚ ਪੈਦਾ ਕਰੀਏ ਅਤੇ ਉਹਦੇ ਲਈ ਅਸੀਂ ਫਿਰ ਮੈਂ ਡਿਵਾਈਸ ਡਿਵੈਲਪ ਕੀਤਾ ਸੀ ਜਿਹੜਾ ਕਿ ਇਹ ਡਿਵਾਈਸ ਸੀਗਾ ਅਤੇ ਤੁਸੀਂ ਦੇਖ ਸਕਦੇ ਹੋ ਬੜਾ ਬੇਸਿਕ ਡਿਵਾਈਸ ਸੀ ਜੀ ਜੀ ਇਹਦੇ 'ਚ ਹਾਲਾਂਕਿ ਅਸੀਂ HDMI ਆਊਟ ਦਿੱਤੀਆਂ ਸੀਗੀਆਂ ਤਾਂ ਕਿ ਸਕਰੀਨ ਵੀ ਲਗਾ ਸਕੋ ਨਾਲ ਦਰਸ਼ਕ ਵੀ ਦੇਖ ਸਕਣ 2 HDMI ਆਊਟ ਸੀਗੀਆਂ ਜਿਹੜੀਆਂ ਤੁਸੀਂ ਖੈਰ HDMI ਆਊਟ 'ਤੇ ਸਪਲਿਟ ਕਰਕੇ ਜ਼ਿਆਦਾ ਵੀ ਕਰ ਸਕਦੇ ਹੋ ਜੇ ਜ਼ਿਆਦਾ ਸਕਰੀਨਾਂ ਹੋਣ 'ਤੇ ਜੀ ਜੀ ਲੇਕਿਨ ਉਸ ਤੋਂ ਬਾਅਦ ਚੱਲ ਕੇ ਹੁਣ ਅਸੀਂ ਕੀ ਕੀਤਾ ਹੈਗਾ ਕਿ ਅੱਗੇ ਫਰਦਰ ਉਹਨੂੰ ਇੰਟਰਨੈਸ਼ਨਲ ਮਾਰਕੀਟ 'ਚ ਪੇਸ਼ ਕੀਤਾ ਜਿਹੜਾ ਕਿ ਇਹ ਡਿਵਾਈਸ ਹੈਗਾ ਮੈਂ ਤੁਹਾਨੂੰ ਦਿਖਾਉਂਦਾ ਕਨੈਕਟਿਡ ਹੈਗਾ ਤਾਂ ਕਿ ਤਾਰਾਂ ਇਹਦੀਆਂ ਹੁਣ ਖਿੱਚ ਪਾ ਰਹੀਆਂ ਇਹ ਡਿਵਾਈਸ ਆ ਜੀ ਹੁਣ ਇਹ ਸਾਡੀ ਵੈਬਸਾਈਟ ਹੈਗੀ ਹੈ damdesi.com.au ਉੱਤੇ ਇਨਫੋਰਮੇਸ਼ਨ ਮਿਲ ਸਕਦੀ ਹੈ ਜ਼ਿਆਦਾ ਜੇ ਲੈਣੀ ਹੋਵੇ ਸੋ ਇਹ ਆਪਾਂ ਡਿਵਾਈਸ ਦੀ ਇੱਥੇ ਜੇ ਗੱਲ ਕਰੀਏ ਜੀ ਤਾਂ ਮੈਂ ਦੇਖ ਸਕਦਾ ਵੀ ਏ ਤੇ ਬੀ ਇਹ ਦੋਨੇ ਟੀਮਾਂ ਦੇ ਲਈ ਦਿੱਤਾ ਗਿਆ ਜੀ ਇਹ ਜਿਵੇਂ ਹੁਣ ਏ ਤੇ ਬੀ ਆ ਜਦੋਂ ਇਹਨੂੰ ਆਉਣ ਆਪਾਂ ਸਕਰੀਨ ਜੋੜਾਂਗੇ ਤੇ ਆਪਾਂ ਇਹਨਾਂ ਨੂੰ ਟੀਮਾਂ ਨੂੰ ਨਾਮ ਵੀ ਦੇ ਸਕਾਂਗੇ ਹਾਂਜੀ ਮੈਂ ਤੁਹਾਨੂੰ ਬਾਅਦ ਚ ਦਿਖਾਣਾ ਹੈਗਾ ਤਾਂ ਠੀਕ ਹੈ ਉਹਦੀ ਡੈਮੋ ਦਿੰਨੇ ਆ ਜੀ ਜੀ ਉਸ ਤੋਂ ਬਾਅਦ ਜਿਹੜੇ ਇਹ ਬਟਨ ਆ ਜਿਵੇਂ ਪਹਿਲਾ ਪੁਆਇੰਟ ਅਕਸਰ 1.5 ਪੁਆਇੰਟ ਹੁੰਦਾ ਤਾਂ ਉਹ ਤੁਸੀਂ ਨੰਬਰ ਦਿੱਤਾ ਹੋਇਆ ਹਾਂਜੀ ਫਿਰ ਤੁਸੀਂ ਇੱਥੇ ਜਿਹੜੀ ਰੇਡ ਸਟਾਰਟ ਹੋਣ ਲਈ ਬਟਨ ਦਿੱਤਾ ਹੋਇਆ ਫਿਰ ਜਦੋਂ ਉਹ 30 ਸੈਕਿੰਡ ਹੋ ਜਾਏਗਾ ਜੇ ਉਹ ਪਹਿਲਾਂ ਹੋ ਗਿਆ ਤਾਂ ਤੁਸੀਂ ਰੀਸੈਟ ਵੀ ਕਰ ਸਕਦੇ ਹੋ ਤੇ ਜਿਹੜਾ ਇਹ ਸਕੋਰ ਆ ਉਹ ਵੀ ਤੁਸੀਂ ਰੀਸੈਟ ਕਰ ਸਕਦੇ ਹੋ ਟੀਮਾਂ ਦੇ ਨਾਲ ਸਕੋਰ ਸੋ ਬੜਾ ਬੜਾ ਸੌਖਾ ਜਿਹਾ ਚਲਾਉਣ ਦੇ ਵਿੱਚ ਵੀ ਬੜਾ ਸਿੰਪਲ ਜਿਹਾ ਤੇ ਭਾਰ ਵੀ ਇਹ 'ਚ ਬਹੁਤ ਥੋੜਾ ਤੇ ਬੈਟਰੀ ਆਪਰੇਟਡ ਹੈ ਨਹੀਂ ਜੀ ਇਹ ਪਾਵਰ ਤੇ ਚੱਲੇਗਾ ਜੀ ਕਿਉਂਕਿ ਤੁਹਾਨੂੰ ਪਾਵਰ ਦੀ ਲੋੜ ਪੈਣੀ ਹੀ ਹੈ ਕਿਉਂਕਿ ਤੁਸੀਂ ਆਪਰੇਟਰ ਅਗਰ ਆਪਣੇ ਕੋਲ ਸਕਰੀਨ ਰੱਖਦਾ ਹੈ ਡਿਸਪਲੇ ਲਈ ਉਹਨੂੰ ਵੀ ਪਾਵਰ ਦੀ ਲੋੜ ਪੈਣੀ ਹੈ ਜੀ ਜੀ ਤੇ ਤੁਸੀਂ ਜੇ ਵੱਡੀਆਂ ਸਕਰੀਨਾਂ ਲਗਾਉਂਦੇ ਹੋ ਫਿਰ ਵੀ ਪਾਵਰ ਦੀ ਲੋੜ ਪੈਂਦੀ ਹੀ ਹੈ
ਤੇ ਇਸ ਲਈ ਪਾਵਰ ਜਿਹੜੀ ਉੱਥੇ ਆਈ ਹੋਏਗੀ ਇਹਦੇ ਨਾਲ ਪਲੱਗ ਪੈਕ ਸਪਲਾਈ ਕਰਦੇ ਹਾਂ ਅਸੀਂ ਤੇ ਉਹ ਪਲੱਗ ਪੈਕ ਜਿਹੜਾ ਉਹ ਪਿੱਛੇ ਕਨੈਕਟ ਹੁੰਦਾ ਪਾਵਰ ਦੇ ਇੰਡੀਕੇਟਰ ਨਾਲ ਸਵਿੱਚ ਦੇ ਵਿੱਚ ਹੀ ਹੈਗੇ ਆ। ਹੋਰ ਮੈਂ ਤੁਹਾਨੂੰ ਪਿੱਛੇ ਦੱਸਾਂ ਇਹਦੇ ਪਿੱਛੇ ਇਹ ਇੱਕ ਹੂਟਰ ਹੈਗਾ ਜਿਹੜਾ 120 ਡੀਬੀ ਤੇ ਸਾਊਂਡ ਕਰਦਾ ਜੀ। 120 ਡੀਬੀ ਸਾਊਂਡ ਜਰਨਲ ਜਿਹੜੀ ਗੇਮ ਹੁੰਦੀ ਹੈ ਨੋਰਮਲ ਲੈਵਲ ਦੀ ਗੇਮਾਂ ਆਪਣੀ ਜਿਮ ਦੇ ਵਿੱਚ ਜਿਹੜੇ ਖੇਡਦੇ ਹੈਗੇ ਬੱਚੇ ਜਾਂ ਖਿਡਾਰੀ ਉਹਨਾਂ ਲਈ ਤਾਂ ਠੀਕ ਹੈਗੀ ਆ। ਜਿੱਦਾਂ ਹੁਣ ਸਿੱਖ ਖੇਡੇ ਮੇਲੇ 'ਚ ਸਾਨੂੰ ਦੇਖਿਆ ਕਿ ਉਹ ਘੱਟ ਜਾਂਦੀ ਹੈ ਅਤੇ ਇਹਦੇ ਤੁਸੀਂ ਫਿਰ ਮਾਈਕ ਰੱਖ ਕੇ ਐਕਸਪੈਂਡ ਕਰ ਸਕਦੇ ਹੋ, ਇਹ 'ਚੋਂ ਤੁਸੀਂ ਅੱਗੇ ਫਰਦਰ ਐਪਲੀਫਾਈ ਕਰ ਸਕਦੇ ਹੋ ਅਤੇ ਉਹਨੂੰ ਪਰ ਤਾਂ ਤੁਸੀਂ ਟੈਸਟ ਕਰਨਾ ਹੈਗਾ ਆਪਣੇ ਛੋਟੇ ਰੂਮ ਦੇ ਵਿੱਚ ਅਗਰ ਜੇ ਖੇਡ ਰਹੇ ਹੈਗੇ ਥੋੜ੍ਹੇ ਜਿਹੇ ਗਰੁੱਪ ਦੇ ਵਿੱਚ। ਇਹਦੀ ਆਵਾਜ਼ ਬਹੁਤ ਜ਼ਿਆਦਾ ਵੀ ਹੋ ਜਾਂਦੀ ਹੈ ਤਾਂ ਤੁਸੀਂ ਹੂਟਰ ਔਫ ਵੀ ਕਰ ਸਕਦੇ ਹੋ। ਇਹਦੇ ਅੰਦਰ ਇੱਕ ਛੋਟਾ ਬਜ਼ਰ ਲੱਗਿਆ ਹੋਇਆ ਫਿਰ ਉਹ ਵੱਜੇਗਾ ਤੁਹਾਨੂੰ ਬਜ਼ਰ ਨਾਲ ਇੰਡੀਕੇਸ਼ਨ ਮਿਲ ਜਾਏਗੀ। ਸੋ ਇਹ ਅੱਗੇ ਜਿਹੜੀ USB 'ਚ ਮਾਊਸ ਦੀ ਵੀ ਆਪਾਂ ਇਹਦੇ ਕੀਬੋਰਡ ਦੀ ਅਤੇ ਮਾਊਸ ਦੀ ਵੀ ਹੈਗੀ। ਹਾਂਜੀ ਇੱਕ ਇਹਦੇ 'ਚ ਹੋਰ ਚੀਜ਼ ਜਿਹੜੀ ਪਾਈ ਹੈਗੀ ਐਡ ਕੀਤੀ ਹੈਗੀ ਹੈ ਕਿਉਂਕਿ ਤੁਸੀਂ ਖੇਡ ਜਦੋਂ ਚੱਲ ਰਹੀ ਹੈ ਇਹ ਨਹੀਂ ਕਿ ਸਿਰਫ ਉਸੇ ਖੇਡ 'ਤੇ ਫੋਕਸ ਕਰਨਾ, ਨਾਲ ਵੀ ਕੁਛ ਹੋਰ ਗੇਮਾਂ ਚੱਲ ਰਹੀਆਂ ਜਾਂ ਕੋਈ ਹੋਰ ਅਪਡੇਟ ਦੇਣਾ ਚਾਹੁੰਦੇ ਹੋ, ਕੋਈ ਸਪੋਂਸਰ ਆ ਗਿਆ ਉਹਨਾਂ 'ਤੇ ਤੁਸੀਂ ਸਕਰੋਲ ਕਰਨਾ ਚਾਹੁੰਦੇ ਹੋ ਡਾਟਾ, ਉਹ ਵੀ ਨਾਲ ਤੁਸੀਂ ਇੱਕ ਮੈਂ ਤੁਹਾਨੂੰ ਸਕਰੀਨ 'ਚ ਬਾਅਦ 'ਚ ਦਿਖਾਵਾਂਗਾ ਜਿੱਦਾਂ ਤੁਸੀਂ ਦੇਖ ਪਾਓਗੇ ਥੱਲੇ ਸਕਰੋਲ ਸਕਰੀਨ ਦਿੱਤੀ ਹੈ ਜਿਹਦੇ 'ਚ ਤੁਸੀਂ ਆਪਣਾ ਡਾਟਾ ਪੰਚ ਇਨ ਕਰ ਸਕਦੇ ਹੋ ਅਤੇ ਉਹਦੇ ਲਈ ਤੁਸੀਂ ਇਹਦੇ ਇਹ ਦੇਖੋ ਤੁਸੀਂ ਆਪਣਾ ਕੀਬੋਰਡ ਮਾਊਸ USB 'ਚ ਅਟੈਚ ਕਰ ਸਕਦੇ ਹੋ ਜੀ। ਦੋ USB ਹੈਗੀਆਂ, ਇੱਕ USB ਤੁਸੀਂ ਆਪਣਾ ਡਾਟਾ ਇਹਦੇ ਕੀਬੋਰਡ ਮਾਊਸ ਯੂਜ਼ ਕਰ ਸਕਦੇ ਹੋ ਅਤੇ ਦੂਸਰੀ ਪਾਵਰ ਆਊਟ ਹੈਗੀ ਹੈ ਜਿਹੜੀ ਕਿ ਤੁਹਾਨੂੰ ਲੋੜ ਪਈ ਜਿਸ ਤਰ੍ਹਾਂ ਮੈਂ ਦਿਖਾਵਾਂ ਹੋਰ ਡਿਵਾਈਸ ਹੁੰਦਾ ਨਾਲ ਇਹ ਜਨਰਲ ਸਾਰਿਆਂ ਨੂੰ ਪਤਾ ਹੀ ਹੈ ਸਕਰੀਨ ਸਪਲਿਟਰ ਹੈਗਾ HDMI ਡਬਲ ਕਰ ਦੇਗਾ ਇਹਨੂੰ, ਇਹ 'ਚ ਐਂਪਲੀਫਾਇਰ ਲੱਗਿਆ ਲੇਕਿਨ ਉਹ ਪਾਵਰ ਚਾਹੀਦੀ ਹੈ ਅਤੇ ਇਹ USB ਜਿਸ ਤਰ੍ਹਾਂ ਕੇਬਲ ਨਾਲ ਲੱਗਦੀ ਹੈ ਉਹ 'ਚੋਂ ਤੁਸੀਂ ਪਾਵਰ ਡਰਾਅ ਕਰ ਸਕਦੇ ਹੋ। ਓਕੇ ਜਾਂ ਫਿਰ ਤੁਸੀਂ ਫੋਨ ਐਮਰਜੈਂਸੀ ਹੋ ਗਈ ਫੋਨ ਚਾਰਜ ਕਰਨਾ ਹੈ ਜਾਂ ਤੁਸੀਂ ਕਿਸੇ ਨੂੰ 5 ਵੋਲਟ ਕਿਸੇ ਤਰ੍ਹਾਂ ਯੂਜ਼ ਕਰਨਾ ਚਾਹੁੰਦੇ ਹੋ ਆਪਸ਼ਨ ਹੈ ਐਕਸਟਰਾ ਆਪਸ਼ਨ ਦਿੱਤੀ ਹੈ ਐਡੀਸ਼ਨਲ ਕਿਉਂਕਿ ਸੋ ਮੈਨੂੰ ਲੱਗਦਾ ਵੀ ਇੱਕ ਛੋਟੇ ਜਿਹੇ ਡੱਬੇ ਦੇ ਵਿੱਚ ਤੁਸੀਂ ਕਾਫੀ ਕੁਝ ਸਮੇਟਤਾ ਅਤੇ ਸਭ ਤੋਂ ਵੱਡੀ ਗੱਲ ਜੇ ਅਸੀਂ ਕਹੀਏ ਕਬੱਡੀ ਨੂੰ ਪਿਆਰ ਕਰਨ ਵਾਲੇ ਜਿੱਥੇ ਜਿੱਥੇ ਵੀ ਸਾਡੇ ਵੱਸਦੇ ਆ ਸੱਜਣ ਮਿੱਤਰ ਉਹਨਾਂ ਨੂੰ ਮੈਂ ਜ਼ਰੂਰ ਬੇਨਤੀ ਕਰੂੰਗਾ ਵੀ ਉਹਨਾਂ ਇਸ ਨੂੰ ਜ਼ਰੂਰ ਲੈਣ ਅਤੇ ਇਹਦੀ ਫੀਡਬੈਕ ਦੇ ਕੇ ਅਤੇ ਮੈਨੂੰ ਪੂਰੀ ਉਮੀਦ ਹੈ ਵੀ ਆਉਣ ਵਾਲੇ 1-2 ਸਾਲਾਂ 'ਚ ਜੇ ਕਿਤੇ ਇਹਦੇ 'ਚ ਕਮੀਆਂ ਵੀ ਰਹੀਆਂ ਤਾਂ ਬੋਬੀ ਬਾਈ ਹੋਰ ਵੀ ਇਹਨੂੰ ਜਿਹੜਾ ਸੁਧਾਰ ਸਕਦੇ ਆ, ਹੋਰ ਇਹਦਾ ਨੈਕਸਟ ਜਨਰੇਸ਼ਨ ਲਿਆ ਸਕਦੇ ਆ। ਸੋ ਫਿਲਹਾਲ ਜਿਹੜੀ ਇਹਨਾਂ ਦੀ ਜਾਣਕਾਰੀ ਲੈਣ ਲਈ ਜਿੱਦਾਂ ਤੁਹਾਨੂੰ ਦੱਸਿਆ ਸੀ ਵੀ dam-desi.com ਦੇ ਉੱਤੇ ਜੇ ਤੁਸੀਂ ਜਾਓਗੇ ਤਾਂ ਤੁਹਾਨੂੰ ਬੜਾ ਈਜ਼ੀਲੀ ਮਿਲ ਜੂਗਾ, ਪਰ ਮੈਨੂੰ ਹੁਣ ਪਤਾ ਲੱਗਿਆ ਵੀ ਇਹ ਪਿੱਛੇ ਜੇ ਇੱਕ ਵਰਲਡ ਕੱਪ ਹੋਇਆ ਸੀ ਸਾਡੇ ਆਸਟ੍ਰੇਲੀਆ 'ਚ, ਉਹ 'ਚ ਵੀ ਆਪਦਾ ਰੰਗ ਦਿਖਾ ਕੇ ਆਇਆ ਸੀ। ਹਾਂਜੀ ਇਹ ਆਸਟ੍ਰੇਲੀਆ ਦਾ ਪਹਿਲਾ ਵਰਲਡ ਕੱਪ ਹੋਇਆ ਅਤੇ ਉਹਦੇ 'ਚ ਡੱਬਾ ਆਪਣਾ ਅਸੀਂ ਇਹਨੂੰ ਕਹਿੰਦੇ ਹਾਂ ਡੱਬਾ ਪੰਜਾਬੀ 'ਚ ਅੱਛਾ ਲੱਗਦਾ ਬੋਲਣ ਨੂੰ, ਕਬੱਡੀ ਸਕੋਰ ਕੰਟਰੋਲਰ ਇਹਦਾ ਨਾਮ ਰੱਖਿਆ ਸੀ ਜੇ ਅੰਗਰੇਜ਼ੀ 'ਚ ਕਹਿਣਾ ਹੋਵੇ, ਅਤੇ ਸਾਡਾ ਉੱਥੇ ਯੂਜ਼ ਹੋਇਆ ਜੇ ਕੰਟਰੋਲਰ ਅਤੇ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਕਿਉਂਕਿ ਸਾਰੇ ਦਰਸ਼ਕਾਂ ਨੂੰ ਪਤਾ ਲੱਗ ਰਿਹਾ ਸੀ ਕਦੋਂ ਰੇਡਰ ਸ਼ੁਰੂ ਕਰ ਰਿਹਾ ਆਪਣਾ ਅਤੇ ਕਦੋਂ ਫਿਨਿਸ਼ ਹੋਈ ਹੈ, ਕੋਈ ਚੀਟਿੰਗ ਨਹੀਂ ਹੋ ਰਹੀ ਅਤੇ ਉਹੀ ਗੱਲ ਜਿਹੜੀ ਬਿੰਦੂ ਜੀ ਨੇ ਜਿਸ ਤਰ੍ਹਾਂ ਕਿਹਾ ਪਾਰਦਰਸ਼ਤਾ। ਹਾਂਜੀ ਹੁਣ ਤੁਹਾਨੂੰ ਅਸੀਂ ਦੱਸਾਂਗੇ ਡੱਬੇ ਦੀ ਓਪਰੇਸ਼ਨ ਬਾਰੇ। ਜਿਹੜਾ ਇਹ ਕੰਟਰੋਲਰ ਹੈ ਇਹ ਖਾਲੀ ਸਕੋਰ ਹੀ ਨਹੀਂ ਕੰਟਰੋਲ ਕਰਦਾ, ਤੁਹਾਨੂੰ ਹੂਟਰ ਦੀ ਰੇਡਰ ਦੀ ਹੂਟਰ ਵੀ ਦਿੰਦਾ। ਅਤੇ ਪਹਿਲੇ ਆਪਾਂ ਹੂਟਰ ਤੋਂ ਸਟਾਰਟ ਕਰਦੇ ਹਾਂ, ਪਹਿਲੇ ਹੂਟਰ ਦੀ ਤੁਹਾਨੂੰ ਮੈਂ ਸਾਊਂਡ ਔਨ ਕਰਕੇ ਦਿਖਾਉਣਾ। ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਸੀ ਹੂਟਰ ਨੂੰ ਟਰਨ ਆਫ ਕਰਨ ਲਈ ਸਵਿੱਚ ਹੈਗਾ ਔਨ ਆਫ ਕਰਨ ਲਈ, ਫਿਲਹਾਲ ਅਸੀਂ ਇਹਨੂੰ ਔਨ ਕਰ ਦਿੰਦੇ ਹਾਂ ਅਤੇ ਇਹ ਹੁਣ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਸਕਰੀਨ 'ਤੇ ਮੈਂ ਸਟਾਰਟ ਕੀਤਾ, ਸਾਊਂਡ ਬਹੁਤ ਲਾਊਡ ਸੀ, ਉਦੋਂ ਟਾਈਮਰ ਸਟਾਰਟ ਹੋ ਗਿਆ। ਟਾਈਮਰ ਨੂੰ ਤੁਸੀਂ ਵਿੱਚੇ ਹੀ ਰੀਸੈਟ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਰੇਡਰ ਜ਼ਰੂਰੀ ਨਹੀਂ ਹਰ ਵਾਰ 30 ਸੈਕਿੰਡ ਲਏਗਾ। ਇਹ ਰੀਸੈਟ ਹੋ ਗਿਆ, ਮੈਂ ਹੂਟਰ ਔਫ ਕਰ ਦਿੰਦਾ ਤਾਂ ਕਿ ਹੁਣ ਸ਼ੋਰ ਨਹੀਂ ਮਿਲੇ ਦੁਬਾਰਾ। ਅਤੇ ਜਦੋਂ ਹੂਟਰ ਪੂਰਾ ਚੱਲ ਜਾਏਗਾ 30 ਸੈਕਿੰਡ ਬਾਅਦ, ਉਸ ਤੋਂ ਬਾਅਦ ਫਿਰ ਹੂਟਰ ਵੱਜੇਗਾ 2 ਸੈਕਿੰਡ ਲਈ, ਜਿਹੜਾ ਦੱਸੇਗਾ ਸਾਰਿਆਂ ਨੂੰ ਕਿ ਟਾਈਮ ਪੂਰਾ ਹੋ ਗਿਆ ਰੇਡਰ ਦਾ। ਉਸ ਤੋਂ ਬਾਅਦ ਆਉਂਦੇ ਹਾਂ ਜੀ ਅਸੀਂ ਸਕੋਰ 'ਤੇ।
ਸਕੋਰ ਜਿੱਦਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਹਿਲਾ ਸਕੋਰ, ਪਹਿਲਾ ਜਿਹੜਾ ਪੁਆਇੰਟ ਹੁੰਦਾ ਜਿਹੜੀ ਵੀ ਟੀਮ ਨੂੰ ਜਾਂਦਾ ਉਹ ਡੇਢ ਪੁਆਇੰਟ ਹੁੰਦਾ। ਟੀਮ ਏ ਟੀਮ ਬੀ ਜਿਹੜੇ ਤੁਸੀਂ ਨਾਮ ਚੇਂਜ ਕਰ ਸਕਦੇ ਉੱਥੇ ਟਾਈਪ ਕਰ ਸਕਦੇ ਕੀਬੋਰਡ ਨਾਲ, ਉਹਨਾਂ ਦੇ ਸਕੋਰ ਮੰਨ ਲਓ ਫਰਜ਼ ਕਰੋ ਟੀਮ ਏ ਪਹਿਲੇ ਡੇਢ ਪੁਆਇੰਟ ਲੈ ਗਈ ਹੈ, ਇਸ ਤਰ੍ਹਾਂ ਤੁਸੀਂ ਪਲੱਸ ਮਾਈਨਸ ਕਰਕੇ ਸਾਰੇ ਸਕੋਰ ਤੁਸੀਂ ਕੰਟਰੋਲ ਕਰ ਸਕਦੇ ਹੋ। ਅਗਲਾ ਪੁਆਇੰਟ ਇੱਕ ਇੱਕ ਪੁਆਇੰਟ ਹੋਏਗਾ, ਹੁਣ ਜੇ ਡੇਢ ਦੇਣਾ ਸੀਗਾ ਤੁਸੀਂ ਮਾਈਨਸ ਵੀ ਕਰ ਸਕਦੇ ਹੋ, ਪਲੱਸ ਵੀ ਕਰ ਸਕਦੇ ਹੋ। ਹੁਣ ਟਾਈਮਰ ਤੁਸੀਂ ਦੇਖਿਆ ਬਜ਼ਰ ਵੱਜਿਆ ਹੋਏਗਾ ਵਿੱਚ, ਇਹ ਸਕੋਰ ਰੀਸੈਟ ਹੈਗਾ, ਇਹਨੂੰ ਤੁਹਾਨੂੰ 2 ਸੈਕਿੰਡ ਤੋਂ ਜ਼ਿਆਦਾ ਦੇਰ ਲਈ ਹੋਲਡ ਕਰਨਾ ਪਏਗਾ ਜੇ ਸਕੋਰ ਰੀਸੈਟ ਕਰਨਾ ਹੈ। ਕਈ ਵਾਰ ਗਲਤੀ ਨਾਲ ਹੱਥ ਲੱਗ ਜਾਂਦਾ ਸਕੋਰ ਰੀਸੈਟ ਨਾ ਹੋ ਜਾਏ, ਇਸ ਵਜ੍ਹਾ ਨਾਲ ਪ੍ਰੋਟੈਕਸ਼ਨ ਪਾਈ ਹੋਈ ਹੈ। ਅਤੇ ਇਹਦੇ ਪਿੱਛੇ ਇਹ ਸਵਿਚਿਸ ਹੈਗੇ ਆ ਪਾਵਰ ਅਤੇ ਹੂਟਰ ਦਾ, ਹੂਟਰ ਔਫ ਕਰ ਸਕਦੇ ਹੋ, ਔਨ ਕਰ ਸਕਦੇ ਹੋ, ਪਾਵਰ ਔਨ ਆਫ ਲਈ ਇੰਡੀਕੇਸ਼ਨ ਵਿੱਚ ਹੀ ਹੈ। ਇਹ ਡੀ ਸੀ ਆਊਟ ਹੈਗੀ ਹੈ ਤੁਹਾਡੀ, ਜੇ ਤੁਸੀਂ ਫਰਜ਼ ਕਰੋ ਸਕਰੀਨਾਂ 2 ਲਗਾਉਣੀਆਂ ਹੈਗੀਆਂ, ਇਸ ਤਰ੍ਹਾਂ ਦਾ ਕੋਈ ਡਿਵਾਈਸ ਲਗਾਉਣਾ ਚਾਹੁੰਦੇ ਹੋ, ਉਹਦੇ 'ਚ ਯੂ ਐੱਸ ਬੀ ਕੇਬਲ ਨਾਲ ਆਉਂਦੀ ਹੈ, ਤੁਸੀਂ ਯੂ ਐੱਸ ਬੀ ਪਾਵਰ ਇਸ ਡਿਵਾਈਸ ਨੂੰ ਦੇ ਕੇ ਸਕਰੀਨਾਂ ਮਲਟੀਪਲਾਈ ਕਰ ਸਕਦੇ ਹੋ, ਇੱਕ ਦੀਆਂ 2 ਦੀਆਂ ਅੱਗੇ 4 ਵੀ ਕਰ ਸਕਦੇ ਹੋ, ਜਿੰਨੀਆਂ ਚਾਹੋ ਤੁਹਾਡੀ ਆਪਣੀ ਡਿਮਾਂਡ 'ਤੇ ਨੀਡਸ 'ਤੇ ਡਿਪੈਂਡ ਕਰਦਾ। ਅਤੇ ਇਹ ਜਿਹੜਾ ਡਿਵਾਈਸ ਡੋਂਗਲ ਦੇਖ ਰਹੇ ਹੋ ਤੁਸੀਂ, ਇਹ ਤਾਂ ਮੈਂ ਹੁਣ ਤੁਹਾਨੂੰ ਯੂਜ਼ ਦੱਸਾਂਗਾ, ਇਹ ਯੂ ਐੱਸ ਬੀ ਡੋਂਗਲ ਹੈਗਾ ਸਾਡਾ ਜਿਹੜਾ ਯੂ ਐੱਸ ਬੀ ਅਸੀਂ ਯੂਜ਼ ਕਰਦੇ ਹਾਂ। ਉਹਦੇ ਨਾਲ ਕੀ ਹੁੰਦਾ ਹੈ ਕਿ ਤੁਸੀਂ ਕੀਬੋਰਡ ਅਤੇ ਮਾਊਸ ਯੂਜ਼ ਕਰ ਸਕਦੇ ਹੋ। ਤੁਸੀਂ ਟੀਮ ਦਾ ਨਾਮ ਬਦਲ ਕੇ ਦਿਖਾਓ। ਹਾਂਜੀ, ਇਹ ਟੀਮ ਤੋਂ ਮੈਂ ਸਿਲੈਕਟ ਕੀਤੀ ਹੈ। ਹਾਂਜੀ, ਇਹ ਤੁਸੀਂ ਕੀਬੋਰਡ ਮੈਂ ਹੱਥ ਫੜ ਲੈਣਾ ਦੇਖੋ, ਮਿੰਟੂ ਬਰਾਡਰ ਲੈਣਾ, ਮਿੰਟੂ ਬੱਤਰਾ ਨਹੀਂ, ਮਿੰਟੂ ਬਰਾਡਰ ਉੱਧਰ ਲਿਖੋ ਜੀ, ਬੌਬੀ ਸੈਂਬੀ ਲੈਵਾ, ਹੁਣ ਮੈਨੂੰ ਜਿਤਾ ਦਿਓ 20 ਪੁਆਇੰਟਾਂ ਨਾਲ। ਅੱਛਾ, ਮਿੰਟੂ ਜੀ ਦੇ, ਮਿੰਟੂ ਜੀ ਦੇ 20 ਪੁਆਇੰਟ ਹੋ ਗਏ ਜੀ, ਕਿਉਂਕਿ ਬੌਬੀ ਸਿਰਫ ਡੱਬੇ ਬਣਾਉਂਦਾ, ਹੋਰ ਗੇਮ ਖੇਡਣੀ ਨਹੀਂ ਆਉਂਦੀ। ਅਤੇ ਆਹ ਲਓ ਜੀ ਦੇਖੋ, ਇਸ ਤਰ੍ਹਾਂ ਤੁਸੀਂ ਇਹਨੂੰ ਮੈਨੂਪੁਲੇਟ ਕਰ ਸਕਦੇ ਸਾਰਾ ਆਪਣਾ ਡਾਟਾ ਵੀ, ਅਤੇ ਉਹ ਥੱਲੇ ਦਿਖਾਉਂਦਾ ਜੀ, ਇਹ ਤੁਸੀਂ ਜਿਹੜਾ ਆਪਣੇ ਹੋਰ ਇਨਫੋਰਮੇਸ਼ਨ ਐਡੀਸ਼ਨਲ ਇਨਫੋਰਮੇਸ਼ਨ ਦੇਣਾ ਚਾਹੁੰਦੇ ਹੋ, ਇਹ ਬਟਨ ਲੱਗੇ ਹੋਏ ਜੀ ਇੱਥੇ, ਐਡਿਟ ਡਨ, ਐਡਿਟ ਐਂਡ ਕਲੀਅਰ, ਠੀਕ ਹੈ ਜੀ। ਜੇ ਤੁਸੀਂ ਐਡਿਟ ਕਰਨਾ ਹੈ ਇਹਨੂੰ, ਐਡਿਟ ਕਰੋਗੇ ਤਾਂ ਇਹ ਬਾਕਸ ਐਕਟਿਵ ਹੋ ਜਾਏਗਾ, ਇਹਦੇ 'ਤੇ ਤੁਸੀਂ ਜਾ ਕੇ ਕੁਛ ਵੀ ਆਪਣਾ ਐਡ ਕਰ ਦਿਓ। ਅੱਜ ਜਿਹੜਾ ਵਰਲਡ ਕੱਪ ਹੋ ਰਿਹਾ ਇਹਦੇ 'ਚ ਜਿੱਤਣ ਵਾਲੇ ਨੂੰ ਬੁਲਟ ਮੋਟਰਸਾਈਕਲ ਦਿੱਤਾ ਜਾਊਗਾ। 2011 ਮਾਡਲ ਚੱਲੇਗਾ ਜਾਂ ਲੈਣਾ ਪੈਣਾ, ਬਸ ਹੀ ਲਿਖ ਦਿੰਦੇ, ਕੋਈ ਡਾਟਾ ਪਾ ਦਿੰਦੇ ਤਾਂ ਕਿ ਡੈਮੋ ਲਈ ਜੀ ਜੀ। ਚਲੋ ਇਹ ਯਾਨੀ ਕਿ ਲਾਈਵ ਇਹ ਚੱਲਦਾ ਰਿਹਾ ਕਰੋ, ਸਕਰੋਲ ਹੋ ਜਾਏਗਾ, 10 ਸੈਕਿੰਡ ਬਾਅਦ ਸਕਰੋਲ ਹੋਣਾ ਸ਼ੁਰੂ ਹੋ ਜਾਏਗਾ, ਇਹ ਤੁਹਾਡੀ ਇਨਫੋਰਮੇਸ਼ਨ ਸਾਰੀ ਜੀ। ਸੋ ਇੱਥੇ ਆਪਾਂ ਇਹ ਦੱਸ ਦਈਏ ਵੀ ਇਹ ਸਕਰੀਨ ਆ ਜਿਹੜੀ, ਇਹ ਸਕਰੀਨ ਕਿੱਡੀ ਵੀ ਵੱਡੀ ਲਾ ਸਕਦੇ, ਡਨ ਕਰਨਾ ਪਏਗਾ ਤੁਹਾਨੂੰ ਜੀ, ਸਕਰੀਨ ਕਿੱਡੀ ਵੀ ਵੱਡੀ ਲਾਈ ਜਾ ਸਕਦੀ ਹੈ। ਹਾਂਜੀ, ਸਿੱਖੇੜਾਂ ਦੇ ਵਿੱਚ ਤੁਸੀਂ ਦੇਖੋ ਸਕਰੀਨ ਸਾਡੀ ਜਿਹੜੀ ਲੱਗੀ ਸੀ 8x6 ਫੁੱਟ ਦੀ ਸੀ ਸਕਰੀਨ, ਤੁਸੀਂ ਜਿੰਨੀ ਮਰਜ਼ੀ ਵੱਡੀ ਲਗਾ ਲਓ, ਜਿਹਦੇ 'ਚ ਐਚ ਡੀ ਐਮ ਆਈ ਇਨਪੁੱਟ ਜਿਹੜੀ ਕਿ ਅੱਜ ਕੱਲ੍ਹ ਇੰਟਰਨੈਸ਼ਨਲ ਸਟੈਂਡਰਡ ਬਣ ਚੁੱਕਾ ਹੈ ਜੀ, ਅਤੇ ਉਹ ਤੁਸੀਂ ਯੂਜ਼ ਕਰ ਸਕਦੇ ਹੋ ਕਿਤੇ ਵੀ ਜੀ ਜੀ। ਸੋ ਸਕਰੋਲ ਹੋ ਰਿਹਾ ਜੀ, ਸਕਰੋਲ ਹੋ ਰਿਹਾ ਜੀ, ਤੁਸੀਂ ਦੇਖ ਸਕਦੇ ਹੋ ਜੀ 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 ਬਿਲਕੁਲ। ਸੋ ਬਹੁਤ ਵਧੀਆ ਮੈਨੂੰ ਲੱਗਿਆ ਜਿਹੜਾ ਇਹਦਾ ਸਿਸਟਮ ਸਾਰਾ ਬਣਿਆ, ਅਤੇ ਇਹ ਉਮੀਦ ਆ ਵੀ ਜਿਹੜਾ ਸਾਰਿਆਂ ਨੂੰ ਪਸੰਦ ਵੀ ਆਊਗਾ। ਸੋ ਟੀਮ ਨੇਮ ਚੇਂਜ, ਟੀਮ ਨੇਮ ਵੀ ਆਪਾਂ ਜਿਹੜਾ ਇਹਦੇ 'ਚ ਮੈਨੂੰ ਲੱਗਦਾ ਜਿਹੜਾ ਡੱਬਾ ਬਣਾਊਗਾ
ਪਰ ਡੱਬਾ ਵੀ ਆਪਾਂ ਬੰਦਾ ਇਹ ਵੀ ਆਪਾਂ ਜਿਹੜੀ ਹਾਂ ਇਹਦੇ ਬਾਰੇ ਦੱਸ ਦਈਏ ਜੀ, ਤੁਹਾਡੇ ਕਲੱਬ ਦੀ ਆਪਣਾ ਨਾਮ ਆਏਗਾ ਇੱਥੇ, ਇਨਫੋਰਮੇਸ਼ਨ ਤੁਹਾਡੀ ਆਪਣੀ ਹੋਏਗੀ ਜਿਹੜੀ ਇੰਬੈਡਿਡ ਹੈਗੀ ਹੈ, ਜਿਹੜੇ ਕੋਈ ਚੇਂਜ ਨਹੀਂ ਕਰ ਸਕਦਾ। ਉਹਦੇ ਨਾਲ ਕੀ ਹੈ, ਇੱਕ ਤਾਂ ਤੁਹਾਨੂੰ ਓਨਰਸ਼ਿਪ ਮਿਲਦੀ ਪਈ ਹੈ, ਦੂਸਰਾ ਤੁਹਾਡਾ ਆਪਣਾ ਨਾਮ ਨਾਲ ਚੱਲਦਾ, ਜਿੱਥੇ ਅਗਰ ਕੋਈ ਹਾਇਰ ਵੀ ਕਰਦਾ ਗਿਆ ਤੁਹਾਡੇ ਤੋਂ ਜਿਸ ਤਰ੍ਹਾਂ ਵੀ ਮੰਗ ਕੇ ਲਿਜਾ ਰਿਹਾ ਤਾਂ ਘੱਟੋ ਘੱਟ ਉਹਨੂੰ ਵੀ ਪਤਾ ਰਹੇਗਾ ਕਿੱਥੋਂ ਚੀਜ਼ ਆਈ ਹੋਈ ਹੈ, ਤੁਸੀਂ ਇਸ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ। ਸੋ ਜੇ ਹੁਣ ਆਪਾਂ ਗੱਲਬਾਤ ਕਰੀਏ, ਆਪਾਂ ਇਹ ਤਾਂ ਡੱਬਾ ਅਸੀਂ ਤਾਂ ਚਲੋ ਨੇੜੇ ਤੋਂ ਦੇਖ ਲਿਆ, ਸਾਨੂੰ ਪਤਾ ਲੱਗ ਗਿਆ ਵੀ ਬਹੁਤ ਕਾਮਯਾਬ ਆ। ਸਭ ਤੋਂ ਵੱਡੀ ਗੱਲ ਮੈਨੂੰ ਵਧੀਆ ਜਿਹੜੀ ਲੱਗੀ ਉਹ ਇਹ ਆ ਵੀ ਤੁਸੀਂ ਲਾਈਵ ਦੁਆਰਾ ਗੇਮ ਨਾਲ ਜੁੜਦੇ ਹੋ। ਅੱਗੇ ਕੀ ਹੁੰਦਾ ਸੀ, ਜਦੋਂ ਐਂਡ ਦੇ ਉੱਤੇ ਕੋਈ ਟੀਮ ਰੌਲਾ ਜਿਹਾ ਪਾ ਦਿੰਦੀ ਤਾਂ ਸਾਨੂੰ ਪਤਾ ਲੱਗਦਾ ਵੀ ਇਹ ਜਿੱਤ ਗਈ, ਨਹੀਂ ਕੋਈ ਸਾਡੇ ਕੋਲ ਸਾਧਨ ਨਹੀਂ ਸੀ। ਤੇ ਪਲੇਅਰਾਂ ਨੂੰ ਵੀ, ਜਿਹੜੇ ਖਾਸ ਪਲੇਅਰ ਖੇਡ ਰਹੇ ਉਹਨਾਂ ਨੂੰ ਵੀ ਤੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਜੁੜਦੇ ਨਹੀਂ ਸੀ ਉਵੇਂ ਗੇਮ ਨਾਲ। ਕਈ ਵਾਰੀ ਇੱਕ ਟੀਮ ਨੂੰ ਚਾਹੁਣ ਵਾਲੇ ਹੁੰਦੇ ਆ, ਜੇ ਉਹਨਾਂ ਦਾ ਇੱਕ ਨੰਬਰ ਪਾਉਂਦੇ ਸੀ, ਜੇ ਉਹਨਾਂ ਦੇ ਨੰਬਰ ਸਕਰੀਨ ਤੇ ਡਿਸਪਲੇ ਹੋ ਰਿਹਾ ਤਾਂ ਕਾਫੀ ਈਜ਼ੀ ਆ ਵੀ ਇੱਕ ਦੂਜੇ ਨੂੰ ਟੀਮਾਂ ਨਾਲ ਲਾਈਵ ਜੁੜਨਾ ਨਾਲ ਦੀ ਨਾਲ। ਸੋ ਇਹ ਤਾਂ ਬਹੁਤ ਸਾਰੀਆਂ ਗੱਲਾਂ, ਪਰ ਜੇ ਹੁਣ ਮੰਨ ਲਈਏ ਵੀ ਤੁਹਾਨੂੰ ਇਹ ਜਿਹੜਾ ਇਹ ਡੱਬੇ ਲਈ ਹੋਰ ਵੀ ਬਹੁਤ ਸਾਰੇ ਲੋਕ ਚਾਹੁੰਦੇ ਆ, ਤਾਂ ਤੁਸੀਂ ਕੀ ਆਪਣੀ ਇਕੱਲੀ ਸਾਈਟ ਤਾਂ ਆਪਾਂ ਦੱਸਤੀ ਆ, ਆਪਾਂ ਇੱਥੇ ਨੰਬਰ ਵੀ ਦੱਸੀਏ ਲੋਕਾਂ ਨੂੰ ਵੀ ਭਾਈ ਇਸ ਨੰਬਰ ਤੇ ਉਹ ਕਾਲ ਕਰ ਸਕਦੇ ਆ ਜਾਂ ਵਟਸਐਪ ਕਰ ਸਕਦੇ ਆ। ਵੈਬਸਾਈਟ ਤੇ ਸਾਰੀ ਇਨਫੋਰਮੇਸ਼ਨ ਹੈਗੀ ਆ ਵੈਸੇ ਜੀ, ਬਾਕੀ ਤੁਸੀਂ ਨੰਬਰ ਮੈਂ ਤੁਹਾਨੂੰ ਦੇ ਦਿੰਦਾ 0488068351 ਤੇ ਆਪਣੇ ਆਸਟ੍ਰੇਲੀਆ ਦਾ ਨੰਬਰ ਹੈ ਤੇ ਅੱਗੇ +61 ਲੱਗੇਗਾ ਜੀ ਜੀ, ਜੇ ਡਾਇਰੈਕਟ ਕਾਲ ਕਰਨੀ ਹੋਵੇ। ਬਸ ਜ਼ਿਆਦਾ ਇਨਫੋਰਮੇਸ਼ਨ ਕਿਉਂਕਿ ਵੈਬਸਾਈਟ ਤੇ ਅਪਡੇਟ ਕਰਦੇ ਰਹਾਂਗੇ ਹੋਰ ਇਸ ਨਵਾਂ ਕੀ ਪਾਉਣ ਜਾ ਰਹੇ ਹੈ, ਜਿਸ ਤਰ੍ਹਾਂ ਪਹਿਲੀ ਵਾਰ ਜਦੋਂ ਲਗਾਇਆ ਸੀ ਉਹ ਸਿਰਫ ਫੁੱਟਰ ਹੀ ਸੀਗਾ, ਤੇ ਦੂਸਰੀ ਵਾਰ ਫਿਰ ਦਰਸ਼ਕਾਂ ਦੀ ਵੀ ਡਿਮਾਂਡ ਰਹੀ ਕਿ ਨਹੀਂ ਸਾਨੂੰ ਕੁਛ ਨਹੀਂ ਪਤਾ ਲੱਗ ਰਿਹਾ, ਦਰਸ਼ਕਾਂ ਨੂੰ ਫੁੱਟਰ ਵੀ ਸੁਣ ਗਿਆ, ਲੇਕਿਨ ਉਸ ਤੋਂ ਬਾਅਦ ਫਿਰ ਨਾਲ ਸਕੋਰ ਵੀ ਦੇਖਣਾ ਸ਼ੁਰੂ ਹੋ ਗਿਆ, ਟੀਮਾਂ ਦੇ ਨਾਮ ਆਉਣੇ ਸ਼ੁਰੂ ਹੋ ਗਏ, ਉਹਨਾਂ ਦੇ ਫੇਵਰੇਟ ਪਲੇਅਰ ਜਿਹੜਾ ਰੇਟ ਕਰਦਾ ਸੀ ਉਹਦਾ ਅਸੀਂ ਟਾਈਪ ਕਰ ਸਕਦੇ ਸੀ ਨਾਮ, ਇਹ ਚੀਜ਼ਾਂ ਐਡ ਕਰੀ ਜਾ ਰਹੇ ਹਾਂ ਤੇ ਉਹ ਜਿਹੜੀ ਐਡੀਸ਼ਨ ਹੋ ਰਹੀ ਹੈ ਜੋ ਅਪਡੇਟ ਹੋ ਰਹੀ ਹੈ ਨਾਲ ਨਾਲ ਅਸੀਂ ਵੈਬਸਾਈਟ ਤੇ ਵੀ ਅਪਡੇਟ ਕਰਦੇ ਰਹਾਂਗੇ। ਸੋ ਮੀਨਸ ਇਹ ਹਾਰਡਵੇਅਰ ਬਣ ਚੁੱਕਿਆ, ਹੁਣ ਤਾਂ ਜਿਹੜੀਆਂ ਇਹਦੇ ਚ ਚੇਂਜਸ ਆ ਜ਼ਿਆਦਾ ਸੌਫਟਵੇਅਰ ਚ ਹੋਣੇ, ਤੁਸੀਂ ਕਹਿ ਵੀ ਸਕਦੇ ਹੋ। ਨਹੀਂ ਇਹਦਾ ਜਿਸ ਤਰ੍ਹਾਂ ਕੰਪਿਊਟਰ ਜਿਹੜਾ ਯੂਜ਼ ਕੀਤਾ ਅਸੀਂ ਉਹ ਕਾਫੀ ਪਾਵਰਫੁੱਲ ਹੈ, ਤੇ ਲੇਕਿਨ ਕੱਲ੍ਹ ਨੂੰ ਸਾਡੀ ਇਹਦੇ ਸੋਚੀ ਅਸੀਂ ਇਹਦੇ 'ਚ ਐਡ ਕਰਨਾ ਚਾਹੁੰਦੇ ਹਾਂ ਇੱਕ ਐਪ ਬਣਾ ਕੇ, ਦਰਸ਼ਕ ਕਿਤੇ ਵੀ ਫਿਰਦੇ ਪਏ ਹੋਣ ਉਹਨਾਂ ਦੇ ਫਿਰ ਸਟੋਰ ਆਉਂਦੇ ਰਹਿਣ, ਉਹਦੇ ਨਾਲ ਸਪੋਰਟਿੰਗ ਕੰਪਿਊਟਰਸ ਵੀ ਐਡ ਕਰ ਸਕਦੇ ਹਾਂ, ਹਾਰਡਵੇਅਰ ਚੇਂਜਸ ਵੀ ਆਉਣਗੇ, ਲੇਕਿਨ ਜਿਸ ਤਰ੍ਹਾਂ ਲੋੜ ਪਏਗੀ ਅਸੀਂ ਉਹਨੂੰ ਚੇਂਜ ਕਰਾਂਗੇ। ਮੈਂ ਇਹੀ ਪੁੱਛਣਾ ਚਾਹੁੰਦਾ ਸੀ ਵੀ ਕਈ ਵਾਰ ਜਿੱਦਾਂ ਹੁਣ ਆਪਾਂ ਇਸ ਗੇਮਾਂ ਦਾ ਰੱਖਦੇ ਹਾਂ, ਸਾਡੇ ਇੱਥੇ ਜੇ ਸਿੱਖ ਗੇਮਾਂ ਦੇਖਦੇ ਹਾਂ ਤਾਂ ਉਹ ਬਹੁਤ ਸਾਰੀਆਂ ਖੇਡਾਂ ਹੁੰਦੀਆਂ, 9-10 ਖੇਡਾਂ ਹੁੰਦੀਆਂ, ਤੇ ਲੋਕ ਕਬੱਡੀ ਗਰਾਊਂਡ ਤੋਂ ਦੂਰ ਜਾ ਕੇ ਵੀ ਕਬੱਡੀ ਨਾਲ ਜੁੜੇ ਰਹਿਣਾ ਚਾਹੁੰਦੇ ਆ। ਮੈਂ ਉਹੀ ਐਪ ਦੀ ਗੱਲ ਕਰਨੀ ਚਾਹੁੰਦਾ ਸੀ, ਤੁਸੀਂ ਦੱਸਿਆ ਵੀ ਇਹਦੇ 'ਚ ਆਪਸ਼ਨ ਹੈ ਵੀ ਤੁਸੀਂ ਐਪ ਬਣਾ ਸਕਦੇ ਹੋ। ਹਾਂਜੀ, ਟਾਈਮ ਦੇ ਨਾਲ ਐਡ ਕਰਾਂਗੇ, ਹਜੇ ਇਹਦੇ 'ਚ ਐਟ ਪ੍ਰੈਜੈਂਟ ਇਹੀ ਹੈ ਜੋ ਅਸੀਂ ਐਕਸਪਲੇਨ ਕੀਤਾ, ਲੇਕਿਨ ਐਡ ਕੀਤਾ ਜਾ ਸਕਦਾ, ਡਿਮਾਂਡ ਤੇ ਡਿਪੈਂਡ ਕਰਦਾ ਹੈ ਕਿੰਨੀ ਡਿਮਾਂਡ ਨਿਕਲਦੀ ਉਹਦੀ। ਜੀ ਜੀ, ਸੋ ਦੇਖੋ ਬੜਾ ਇੱਕ ਛੋਟਾ ਜਿਹਾ ਡੱਬਾ ਤੇ ਬਹੁਤ ਵੱਡੇ ਜਿਹੜੇ ਇੱਕ ਕਹਿ ਸਕਦੇ ਹਾਂ ਕਲੇਸ ਤੋਂ ਖੈੜਾ ਛੁੱਟ ਰਿਹਾ ਇਸ ਡੱਬੇ ਨਾਲ ਮੇਰੇ ਹਿਸਾਬ ਨਾਲ, ਕਿਉਂਕਿ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਖੇਡ ਭਾਵਨਾ ਦੂਰ ਚਲੀ ਜਾਂਦੀ ਹੈ। ਜਦੋਂ ਕਿਤੇ ਨਾ ਇਹ ਲੱਗਣ ਲੱਗ ਜੇ ਕਿਸੇ ਨੂੰ ਜੱਜ ਜੇ ਵੀ ਮੇਰੇ ਨਾਲ ਚੀਟਿੰਗ ਹੋ ਰਹੀ ਆ, ਚੀਟਿੰਗ ਭਾਵੇਂ ਹੋ ਨਾ ਰਹੀ ਹੋਵੇ ਪਰ ਕਈ ਵਾਰੀ ਜੱਜ ਜਾਂਦੀ ਆ, ਸੋ ਕਿੱਡਾ ਬਿਹਤਰ ਹੋਊਗਾ ਵੀ ਜੇ ਇੰਨੀ ਪਾਰਦਰਸ਼ਤਾ ਹੋਵੇ ਵੀ ਬੱਚੇ ਬੱਚੇ ਨੂੰ ਸਾਹਮਣੇ ਪਤਾ ਲੱਗ ਰਿਹਾ ਵੀ ਜੇ ਕੋਈ ਜਿੱਤ ਕੇ ਮੁੜਿਆ ਮੁੰਡਾ ਰੇਡ ਕੱਢ ਕੇ ਲੈ ਕੇ ਆਇਆ ਤਾਂ ਪੁਆਇੰਟ ਉਹਦੇ ਖਾਤੇ 'ਚ ਡਾਇਰੈਕਟ ਜਾ ਰਿਹਾ, ਜੇ ਕਿਸੇ ਨੇ ਉੱਥੇ ਜੱਫਾ ਲਾ ਲਿਆ ਤਾਂ ਉਹਦੇ ਜਾ ਰਿਹਾ, ਤੇ ਬੜਾ ਉਹਦੇ 'ਚ 30 ਸੈਕਿੰਡ ਵਾਲਾ ਹੂਟਰ ਵੱਜ ਰਿਹਾ ਵੀ ਬਹੁਤ ਜ਼ਿਆਦਾ ਵਧੀਆ ਇਹ ਮੈਂ ਡਿਵਾਈਸ, ਮੈਨੂੰ ਬੜਾ ਦਿਲੋਂ ਚੰਗਾ ਲੱਗਿਆ। ਸੋ ਜੇ ਤੁਹਾਨੂੰ ਵੀ ਲੱਗਦਾ ਵੀ ਆਪਾਂ ਤੁਹਾਡੇ ਨੇੜੇ ਕਿਤੇ ਵੀ ਕਬੱਡੀ ਕਲੱਬ ਆ, ਕੋਈ ਵੀ ਕਬੱਡੀ ਦੇ ਟੂਰਨਾਮੈਂਟ ਹੁੰਦੇ ਆ, ਤੁਸੀਂ ਜ਼ਰੂਰ ਇਹ ਰਿਕਮੈਂਡ ਕਰਿਓ ਵੀ ਇਹ ਜਿਹੀਆਂ ਚੀਜ਼ਾਂ ਨਾਲ ਜੇ ਇੱਕ ਬਹੁਤ ਸਾਰੇ ਬੰਦਿਆਂ ਦੇ ਹੱਲ ਹੋ ਜਾਣ, ਬਹੁਤ ਸਾਰੇ ਮਸਲਿਆਂ ਦੇ ਹੱਲ ਹੋ ਜਾਣ ਤਾਂ ਮੈਨੂੰ ਲੱਗਦਾ ਕਿਤੇ ਚੰਗੀ ਗੱਲ ਆ। ਸੋ ਇਸ ਲਈ ਆਪਾਂ ਇਹ ਅੱਜ ਦਾ ਪ੍ਰੋਗਰਾਮ ਇਹ ਸਪੈਸ਼ਲ ਇੱਥੇ ਆ ਕੇ ਅਸੀਂ ਇਸ ਨੂੰ ਸ਼ੂਟ ਕੀਤਾ, ਪਰ ਮੈਂ ਬੇਨਤੀ ਕਰੂੰਗਾ ਬਾਬੀ ਜੀ ਜਾਂਦੇ ਜਾਂਦੇ ਹੋਰ ਕੋਈ ਸਾਡੇ ਦਰਸ਼ਕਾਂ ਨੂੰ ਬੇਨਤੀ ਵੀ। ਇਹ ਦੇਖੋ ਜੀ, ਇੱਕ ਤਾਂ ਜਿਸ ਤਰ੍ਹਾਂ ਮਿੰਟੂ ਜੀ ਨੇ ਹੁਣ ਕਲੱਬ ਦਾ ਨਾਮ ਲਿਆ,
ਹੁਣ ਇਹ ਡਿਵਾਈਸ ਜਿਸ ਕਲੱਬ ਨੇ ਵੀ ਚਾਹੀਦਾ ਹੋਏਗਾ ਜਿਹੜਾ ਖਰੀਦੇਗਾ ਉਹਦਾ ਨਾਮ ਸਕਰੀਨ ਤੇ ਐਮਬੈਡ ਹੋਏਗਾ ਜੀ, ਤਾਂ ਕਿ ਉਹ ਕਦੀ ਨਾ ਤੇ ਲੂਜ਼ ਨਹੀਂ ਕਰ ਸਕੇ। ਹੋਰ ਜਿਹੜਾ ਕਿਉਂਕਿ ਜਿਹੜੇ ਆਰਗਨਾਈਜ਼ਰ ਹੁੰਦੇ ਆ ਉਹਨਾਂ ਨੂੰ ਵੀ ਨਾਮ ਚਾਹੀਦਾ ਸਕਰੀਨ ਤੇ, ਉਹਨਾਂ ਦਾ ਨਾਮ ਆਉਣਾ ਚਾਹੀਦਾ ਕਿਉਂਕਿ ਆਰਗਨਾਈਜ਼ਰ ਜਿਹੜਾ ਕਲੱਬ ਹੁੰਦਾ ਹੈ ਉਹਦੇ ਆਪਣੇ ਨਾਮ ਸਕਰੀਨ ਤੇ ਚੱਲਦਾ ਹੈ, ਉਹਦੇ ਨਾਲ ਉਹਦੀ ਇੱਕ ਤੇ ਓਨਰਸ਼ਿਪ ਬਣਦੀ ਹੈ, ਦੂਜਾ ਉਹਨੂੰ ਮਾਣ ਮਹਿਸੂਸ ਕਰਦਾ ਕਿ ਹਾਂ ਅਸੀਂ ਕੁਛ ਕਰਵਾ ਰਹੇ ਸਪੈਸ਼ਲੀ ਸਕਰੀਨ ਤੇ। ਮੈਨੂੰ ਲੱਗਦਾ ਮੈਨੂੰ ਇਹਦੇ ਵਿੱਚ ਹੋਰ ਗੱਲ ਨਿਕਲ ਕੇ ਆਈ ਹੈ, ਤਾਂ ਫਿਰ ਇਹ ਵੀ ਹੋ ਸਕਦਾ ਜੇ ਕੋਈ ਕਲੱਬ ਤੁਹਾਨੂੰ ਅਪਰੋਚ ਕਰਕੇ ਆਪਣਾ ਡਿਜ਼ਾਈਨ ਦਿੰਦਾ ਕੋਈ ਵੀ, ਤਾਂ ਤੁਸੀਂ ਉਹ ਵੀ ਉਹਨੂੰ ਬੈਕਗ੍ਰਾਉਂਡ ਤੇ ਪਾ ਸਕਦੇ ਹੋ, ਜਾਂ ਆਪਦੀ ਅਬਾਊਟ ਟੀਮਾਂ ਆਪਦੇ ਪ੍ਰਬੰਧਕਾਂ ਬਾਰੇ ਜਾਂ ਕੋਈ ਹੋਰ ਜਾਣਕਾਰੀ ਦੇਣੀ ਚਾਹੁੰਦਾ ਤਾਂ ਉਹ ਵੀ ਐਡ ਆਨ ਹੋ ਸਕਦੀ ਹੈ ਕੋਈ ਨਾ ਕੋਈ ਸਪੈਸ਼ਲ ਜਿਹੇ ਆਰਡਰ ਤੇ ਕਰਦਾ। ਉਹ ਸਪੈਸ਼ਲ ਆਰਡਰ ਤੇ ਹੋ ਸਕਦੀ ਹੈ, ਤੁਸੀਂ ਅਗਰ ਸਕਰੀਨ ਤੇ ਜਿਸ ਤਰ੍ਹਾਂ ਸਟਿਲ ਇਮੇਜਸ ਚਲਾਉਣਾ ਚਾਹੁੰਦੇ ਹੋ ਆਪਣੇ ਪ੍ਰਮੋਟਰਾਂ ਦੀਆਂ ਜਾਂ ਆਪਣੇ ਸਪੌਂਸਰਾਂ ਦੀਆਂ ਇਸ ਤਰ੍ਹਾਂ ਦੇ ਕੁਛ ਵੀ ਚਲਾਉਣਾ ਚਾਹੁੰਦੇ ਹੋ ਅਸੀਂ ਐਡ ਕਰ ਸਕਦੇ ਹਾਂ, ਲੇਕਿਨ ਬੇਸਿਕ ਡਿਵਾਈਸ ਜਿਹੜੀ ਹੈਗੀ ਹੈ ਉਹ ਤੁਹਾਡੇ ਕਲੱਬ ਦੇ ਨਾਲ ਨਾਮ ਦੇ ਨਾਲ ਆਏਗੀ, ਉਹ ਸਕਰੀਨ ਤੇ ਨਾਮ ਰਹੇਗਾ ਹੀ ਰਹੇਗਾ, ਲੇਕਿਨ ਉਸ ਤੋਂ ਬਾਅਦ ਜੋ ਐਡੀਸ਼ਨ ਹੋਣਗੇ ਪਰ ਇਹ ਤੁਹਾਨੂੰ ਧਿਆਨ ਰੱਖਣਾ ਪਏਗਾ ਕਿਉਂਕਿ ਉਹ ਮਿੰਟੂ ਜੀ ਸਕਰੀਨ ਦਾ ਸਾਈਜ਼ ਖਾਂਦੇ ਆ ਫਿਰ ਜੀ। ਹੁਣ ਤੁਸੀਂ ਅਗਰ ਸਕਰੀਨ ਬਹੁਤ ਵੱਡੀ ਹੈਗੀ ਹੈ ਫਿਰ ਤਾਂ ਤੁਹਾਡੇ ਲਈ ਠੀਕ ਹੈ, ਤੁਸੀਂ ਨਾਲ ਸਪੌਂਸਰ ਵੀ ਚਲਾ ਸਕਦੇ ਹੋ ਨਾਮ ਦੇ ਕੇ, ਅਗਰ ਤੁਸੀਂ ਛੋਟੇ ਮੋਨੀਟਰ ਜਿਸ ਤਰ੍ਹਾਂ ਆਪਾਂ ਯੂਜ਼ ਕਰਦੇ ਹਾਂ ਉਹਦੇ 'ਤੇ ਓਪਰੇਟ ਕਰ ਰਹੇ ਹੋ ਫਿਰ ਤੁਸੀਂ ਚਾਹੁੰਦੇ ਹੋ ਕਿ ਸਕੋਰ ਵੀ ਵੱਡਾ ਦੇਖੇ, ਘੱਟੋ ਘੱਟ ਜਿਸ ਤਰ੍ਹਾਂ ਜਿਮ ਦੇ ਵਿੱਚ 30 ਫੁੱਟ ਤੇ ਦਰਸ਼ਕ ਖੜੇ ਹੈ ਬੈਠੇ ਹੈ ਉਹਨਾਂ ਨੂੰ ਦੇਖਦਾ ਰਹੇ, ਇਹ ਡਿਮਾਂਡ 'ਤੇ ਡਿਪੈਂਡ ਕਰਦਾ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਜੇ ਕੁਛ ਕਸਟਮਾਈਜ਼ ਕਰਾਉਣਾ ਚਾਹੁੰਦੇ ਹੋ ਡੈਫੀਨੇਟਲੀ। ਸੋ ਮੈਂ ਤਾਂ ਇੱਕ ਤੱਤ ਕੱਢਿਆ ਬਾਈ ਜੀ ਇਹਦੇ 'ਚੋਂ ਵੀ ਤੁਸੀਂ ਜਿਹੜਾ ਨਾਂ ਵਾਲਾ ਪ੍ਰਕਿਰਿਆ ਦੱਸੀ ਆ ਉਹ ਸਾਡੇ ਪਿੰਡਾਂ 'ਚ ਨਾ ਟਰਾਲੀ ਮੰਗ ਵੀ ਲੈ ਜਾਂਦੇ ਹੁੰਦੇ ਸੀ ਲੋਕ, ਤੇ ਉਹ ਰੋਜ਼ ਹੀ ਮੰਗ ਪੈਂਦੀ ਰਹਿੰਦੀ ਸੀ ਤੇ ਫਿਰ ਉਹ ਮੇਰੇ ਵਰਗਾ ਪਿੱਛੇ ਲਿਖ ਲੈਂਦਾ ਸੀ ਵੀ ਨਿੱਤ ਨਿੱਤ ਨੀ ਟਰਾਲੀ ਮੰਗੀ ਮਿਲਣੀ ਆਪਣੀ ਬਣਾ ਲਾ ਮਿੱਤਰਾ। ਸੋ ਤੁਸੀਂ ਇਹਦੇ 'ਚ ਪੱਕਾ ਹੀ ਨਾਂ ਲਿਖ ਦਿਓਗੇ ਤੇ ਕੋਈ ਜੇ ਮੰਗ ਕੇ ਲਿਜਾਊਗਾ ਤਾਂ ਉਹਨੂੰ ਐਂ ਪਤਾ ਲੱਗੂਗਾ ਦੁਨੀਆ ਨੂੰ ਵੀ ਕਿਹਦਾ ਡੱਬਾ ਤੇ ਕਿਹਤੋਂ ਮੰਗ ਕੇ ਲਿਆਂਦਾ। ਹਾਂਜੀ ਬਿਲਕੁਲ ਹੋ ਗਿਆ, ਨਾਲੇ ਕੋਈ ਚੋਰੀ ਨਹੀਂ ਕਰ ਸਕਦਾ ਤੁਹਾਡੇ ਡੱਬੇ ਤੇ, ਜੇ ਕਰੇ ਵੀ ਔਨ ਕਰੇਗਾ ਜਾ ਕੇ ਯੂਜ਼ ਤੇ ਔਨ ਕਰੇਗਾ ਹੀ ਕਰੇਗਾ ਤੇ ਔਨ ਕਰੇਗਾ ਤੇ ਦੂਜੇ ਦਾ ਨਾਮ ਚੱਲ ਰਿਹਾ ਹੋਏਗਾ, ਉਹ ਜਿਹੜਾ ਚੇਂਜ ਨਹੀਂ ਕਰ ਸਕਦੇ ਉਹ ਐਮਬੈਡਡ ਸਿਸਟਮ ਹੈਗੇ ਆ ਇਹਨਾਂ ਨੂੰ ਤੁਸੀਂ ਹੈਕ ਨਹੀਂ ਕਰ ਸਕਦੇ। ਸੋ ਬਹੁਤ ਬਹੁਤ ਮਿਹਰਬਾਨੀ ਬਾਬੂ ਜੀ ਤੁਸੀਂ ਇਸ ਟਾਈਮ ਕੱਢਿਆ ਸਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਤੇ ਸਾਨੂੰ ਉਮੀਦ ਆ ਵੀ ਕਬੱਡੀ ਦੀ ਦੁਨੀਆ ਦੇ ਵਿੱਚ ਹਰ ਰੋਜ਼ ਨਵੇਂ ਨਵੇਂ ਉਪਰਾਲੇ ਹੋ ਰਹੇ ਆ ਤੇ ਇੱਕ ਕ੍ਰਾਂਤੀ ਦੇ ਤੌਰ ਤੇ ਕਬੱਡੀ ਦੀ ਦੁਨੀਆ ਦੇ ਵਿੱਚ ਦੇਖਿਆ ਜਾਊਗਾ ਤੇ ਇਹਨੂੰ ਹਰ ਕਲੱਬ ਦੀ ਇੱਕ ਲੋੜ ਹੋ ਜਾਊਗੀ, ਹਰ ਇੱਕ ਟੂਰਨਾਮੈਂਟ ਨੂੰ ਇਹਦੀ ਇੱਕ ਲੋੜ ਹੋ ਜਾਊਗੀ। ਸੋ ਬੈਸਟ ਵਿਸ਼ਿਜ਼ ਆ ਜੀ ਸਾਡੇ ਬੰਨਿਓ ਤੇ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਧੰਨਵਾਦ।